ਤੋਂ ਪਹਿਲਾਂ ਜਿਹੜੀ ਬਿਮਾਰੀ ਜਿਹੜੀ ਪੱਥਰੀ ਦੀ ਆ ਹੈ ਨਾ, ਉਹਦੇ ਲਈ ਲੋਕ ਗੱਲ ਕੀਤੀ ਜਾਵੇ ਆਪਰੇਸ਼ਨ ਵਗੈਰਾ ਕਰਵਾਉਂਦੇ ਕਿ ਘਰੇ ਬੈਠਿਆਂ ਘਰ ਦੀ ਚੀਜ਼ਾਂ ਦੇ ਨਾਲ ਪੱਥਰੀ ਜਿਹੜੀ ਤਾਂ ਉਹਦਾ ਇਲਾਜ ਹੋ ਸਕਦਾ? ਬਿਲਕੁਲ ਜੀ, ਗੁਰਦੇ ਦੀ ਪੱਥਰੀ ਦਾ ਇਲਾਜ ਘਰ ਬੈਠੇ ਵੀ ਹੋ ਸਕਦਾ ਔਰ ਬਹੁਤ ਆਸਾਨੀ ਨਾਲ ਹੋ ਸਕਦਾ। ਪੱਥਰੀ ਕਿਉਂ ਹੁੰਦੀ ਹੈ? ਕੈਲਸ਼ੀਅਮ ਅਤੇ ਪ੍ਰੋਟੀਨ ਤੋਂ ਬਣਦੀ ਹੈ ਜੀ। ਅਤੇ ਪੱਥਰੀ ਕਿਵੇਂ ਠੀਕ ਹੁੰਦੀ ਹੈ? ਪੱਥਰੀ ਜੇ ਤਾਂ ਤੁਹਾਨੂੰ ਗੁਰਦੇ ਦੀ ਹੈ, ਤਕਰੀਬਨ ਤੁਹਾਨੂੰ ਪਾਣੀ ਦਾ ਸੇਵਨ ਵਧੀਆ ਕਰਨਾ ਪੈਂਦਾ। ਪੱਥਰੀ ਤੁਸੀਂ ਘਰੇ ਬੈਠੇ ਠੀਕ ਕਰ ਸਕਦੇ ਹੋ। ਵੈਸੇ ਸਿੰਪਲ ਜੀ ਐਟਮ ਹੈ, ਇੱਕ ਕਲਮੀ ਛੋਰਾ, ਜੌਂਖਾਰ, ਨਸ਼ਾਦਰ, ਇਹ ਤਿੰਨ ਐਟਮਾਂ ਬਰਾਬਰ ਮਾਤਰਾ 'ਚ ਲੈ ਲਓ ਤੁਸੀਂ ਅਤੇ ਇਸ ਦਾ ਪਾਊਡਰ ਬਣਾ ਲਓ। ਇਹਦਾ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮੀ ਤੁਸੀਂ ਖਾਰੇ ਦੇ ਨਾਲ ਲਾਓ ਔਰ ਕੁਛ ਦਿਨ ਇਹਦਾ ਸੇਵਨ ਕਰਨ ਦੇ ਨਾਲ ਤਕਰੀਬਨ ਪੱਥਰੀ ਇਹਦੇ ਨਾਲ ਨਿਕਲ ਜਾਂਦੀ ਹੈ। ਤਕਰੀਬਨ ਛੋਟੇ ਸਾਈਜ਼। ਜਦ ਤੁਸੀਂ ਪਾਣੀ ਵਗੈਰਾ ਪ੍ਰੋਪਰ ਨਹੀਂ ਪੀਣਾ, ਤੁਹਾਨੂੰ ਬਾਥਰੂਮ ਖੁੱਲ੍ਹ ਕੇ ਨਹੀਂ ਆਉਣਾ, ਤੁਹਾਡੇ ਬੋਡੀ ਦੇ ਵਿੱਚ ਜਿਹੜੇ ਜ਼ਹਿਰਵਾਦ ਹੈ, ਯੂਰਿਕ ਐਸਿਡ ਹੋ ਗਿਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਜ਼ਹਿਰਵਾਦ ਹੁੰਦੇ ਜਾਂ ਆਪਣੇ ਐਸਿਡਸ ਬਣਦੇ ਜਿਹੜੇ, ਉਹ ਤਕਰੀਬਨ ਬੋਡੀ 'ਚੋਂ ਬਾਹਰ ਨਹੀਂ ਜਾਂਦੇ, ਜਿਹਦੇ ਕਰਕੇ ਬਿਮਾਰੀਆਂ ਪਨਪਦੀਆਂ। ਪਰ ਕਣਕ ਦੀ ਰੋਟੀ ਛੱਡ ਕੇ ਕੋਈ ਆਪਸ਼ਨ ਨਹੀਂ ਬਚਦੀ ਜੀ। ਕਣਕ, ਚਾਵਲ ਨਾਲ ਯੂਰੀਕ ਐਸਿਡ ਵਧਣਾ ਹੀ ਵਧਣਾ ਵਾ। ਜੇ ਜਿਵੇਂ ਮੱਕੀ ਖਾਂਦੇ ਉਹਦੇ ਨਾਲ ਵੀ ਵਧਣੇ ਵਧਣਾ। ਕਣਕ ਤੁਸੀਂ ਛੱਡ ਨਹੀਂ ਸਕਦੇ ਔਰ ਅੱਗੇ ਜਾ ਕੇ ਤੁਹਾਨੂੰ ਵਾਪਸ ਫਿਰ ਕਣਕ 'ਚ ਹੀ ਆਉਣਾ ਪੈਣਾ। ਅੱਜ ਛੱਡ ਕੇ ਤੁਸੀਂ ਮੰਨ ਲਓ ਕੰਟਰੋਲ ਤਾਂ ਕਰ ਲੈਂਦੇ ਹੋ ਪਰ ਵਾਪਸ ਫਿਰ ਤੁਸੀਂ ਉੱਚੀ ਆਉਂਗੇ, ਇਸ ਕਰਕੇ ਪ੍ਰੋਬਲਮ ਫਿਰ ਥੋੜ੍ਹੀ ਜਿਹੀ ਵੱਧਦੀ ਆ। ਅਸੀਂ ਤਾਂ ਇਹ ਗੱਲ ਹਰ ਬੰਦੇ ਨੂੰ ਕਹਿੰਦੇ ਹਾਂ, ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਬੈਟਰ ਹੈ ਜੀ। ਕਿਉਂਕਿ ਇਲਾਜ ਤੁਸੀਂ ਕਰਾਉਂਗੇ ਉੱਤੇ ਖਰਚਾ ਵੀ ਹੁੰਦਾ, ਸਭ ਕੁਝ ਹੁੰਦਾ। ਪਰਹੇਜ਼ ਇੱਕ ਆਪਾਂ ਦੇਖੋ, ਉਹਨਾਂ ਬਚਤ ਵੀ ਹੁੰਦੀ ਹੈ ਔਰ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ। ਸਭ ਤੋਂ ਪਹਿਲਾਂ ਜਿਹੜੀ ਬਿਮਾਰੀ ਜਿਹੜੀ ਪੱਥਰੀ ਦੀ ਆ ਹੈ ਨਾ, ਉਹਦੇ ਲਈ ਲੋਕ ਗੱਲ ਕੀਤੀ ਜਾਵੇ ਆਪਰੇਸ਼ਨ ਵਗੈਰਾ ਕਰਵਾਉਂਦੇ ਕਿ ਘਰੇ ਬੈਠਿਆਂ ਘਰ ਦੀ ਚੀਜ਼ਾਂ ਦੇ ਨਾਲ ਪੱਥਰੀ ਜਿਹੜੀ ਤਾਂ ਉਹਦਾ ਇਲਾਜ ਹੋ ਸਕਦਾ? ਬਿਲਕੁਲ ਜੀ, ਗੁਰਦੇ ਦੀ ਪੱਥਰੀ ਦਾ ਇਲਾਜ ਘਰ ਬੈਠੇ ਵੀ ਹੋ ਸਕਦਾ ਔਰ ਬਹੁਤ ਆਸਾਨੀ ਨਾਲ ਹੋ ਸਕਦਾ। ਪੱਥਰੀ ਕਿਉਂ ਹੁੰਦੀ ਹੈ? ਕੈਲਸ਼ੀਅਮ ਅਤੇ ਪ੍ਰੋਟੀਨ ਤੋਂ ਬਣਦੀ ਹੈ ਜੀ। ਅਤੇ ਪੱਥਰੀ ਕਿਵੇਂ ਠੀਕ ਹੁੰਦੀ ਹੈ? ਪੱਥਰੀ ਜੇ ਤਾਂ ਤੁਹਾਨੂੰ ਗੁਰਦੇ ਦੀ ਹੈ, ਤਕਰੀਬਨ ਤੁਹਾਨੂੰ ਪਾਣੀ ਦਾ ਸੇਵਨ ਵਧੀਆ ਕਰਨਾ ਪੈਂਦਾ। ਪੱਥਰੀ ਤੁਸੀਂ ਘਰੇ ਬੈਠੇ ਠੀਕ ਕਰ ਸਕਦੇ ਹੋ। ਵੈਸੇ ਸਿੰਪਲ ਜੀ ਐਟਮ ਹੈ, ਇੱਕ ਕਲਮੀ ਛੋਰਾ, ਜੌਂਖਾਰ, ਨਸ਼ਾਦਰ, ਇਹ ਤਿੰਨ ਐਟਮਾਂ ਬਰਾਬਰ ਮਾਤਰਾ 'ਚ ਲੈ ਲਓ ਤੁਸੀਂ ਅਤੇ ਇਸ ਦਾ ਪਾਊਡਰ ਬਣਾ ਲਓ। ਇਹਦਾ ਅੱਧਾ ਚਮਚ ਸਵੇਰੇ, ਅੱਧਾ ਚਮਚ ਸ਼ਾਮੀ ਤੁਸੀਂ ਖਾਰੇ ਦੇ ਨਾਲ ਲਾਓ ਔਰ ਕੁਛ ਦਿਨ ਇਹਦਾ ਸੇਵਨ ਕਰਨ ਦੇ ਨਾਲ ਤਕਰੀਬਨ ਪੱਥਰੀ ਇਹਦੇ ਨਾਲ ਨਿਕਲ ਜਾਂਦੀ ਹੈ। ਤਕਰੀਬਨ ਛੋਟੇ ਸਾਈਜ਼। ਜਦ ਤੁਸੀਂ ਪਾਣੀ ਵਗੈਰਾ ਪ੍ਰੋਪਰ ਨਹੀਂ ਪੀਣਾ, ਤੁਹਾਨੂੰ ਬਾਥਰੂਮ ਖੁੱਲ੍ਹ ਕੇ ਨਹੀਂ ਆਉਣਾ, ਤੁਹਾਡੇ ਬੋਡੀ ਦੇ ਵਿੱਚ ਜਿਹੜੇ ਜ਼ਹਿਰਵਾਦ ਹੈ, ਯੂਰਿਕ ਐਸਿਡ ਹੋ ਗਿਆ ਜਾਂ ਹੋਰ ਵੀ ਕਈ ਤਰ੍ਹਾਂ ਦੇ ਜ਼ਹਿਰਵਾਦ ਹੁੰਦੇ ਜਾਂ ਆਪਣੇ ਐਸਿਡਸ ਬਣਦੇ ਜਿਹੜੇ, ਉਹ ਤਕਰੀਬਨ ਬੋਡੀ 'ਚੋਂ ਬਾਹਰ ਨਹੀਂ ਜਾਂਦੇ, ਜਿਹਦੇ ਕਰਕੇ ਬਿਮਾਰੀਆਂ ਪਨਪਦੀਆਂ। ਪਰ ਕਣਕ ਦੀ ਰੋਟੀ ਛੱਡ ਕੇ ਕੋਈ ਆਪਸ਼ਨ ਨਹੀਂ ਬਚਦੀ ਜੀ। ਕਣਕ, ਚਾਵਲ ਨਾਲ ਯੂਰੀਕ ਐਸਿਡ ਵਧਣਾ ਹੀ ਵਧਣਾ ਵਾ। ਜੇ ਜਿਵੇਂ ਮੱਕੀ ਖਾਂਦੇ ਉਹਦੇ ਨਾਲ ਵੀ ਵਧਣੇ ਵਧਣਾ। ਕਣਕ ਤੁਸੀਂ ਛੱਡ ਨਹੀਂ ਸਕਦੇ ਔਰ ਅੱਗੇ ਜਾ ਕੇ ਤੁਹਾਨੂੰ ਵਾਪਸ ਫਿਰ ਕਣਕ 'ਚ ਹੀ ਆਉਣਾ ਪੈਣਾ। ਅੱਜ ਛੱਡ ਕੇ ਤੁਸੀਂ ਮੰਨ ਲਓ ਕੰਟਰੋਲ ਤਾਂ ਕਰ ਲੈਂਦੇ ਹੋ ਪਰ ਵਾਪਸ ਫਿਰ ਤੁਸੀਂ ਉੱਚੀ ਆਉਂਗੇ, ਇਸ ਕਰਕੇ ਪ੍ਰੋਬਲਮ ਫਿਰ ਥੋੜ੍ਹੀ ਜਿਹੀ ਵੱਧਦੀ ਆ। ਅਸੀਂ ਤਾਂ ਇਹ ਗੱਲ ਹਰ ਬੰਦੇ ਨੂੰ ਕਹਿੰਦੇ ਹਾਂ, ਇਲਾਜ ਨਾਲੋਂ ਪਰਹੇਜ਼ ਜ਼ਿਆਦਾ ਬੈਟਰ ਹੈ ਜੀ। ਕਿਉਂਕਿ ਇਲਾਜ ਤੁਸੀਂ ਕਰਾਉਂਗੇ ਉੱਤੇ ਖਰਚਾ ਵੀ ਹੁੰਦਾ, ਸਭ ਕੁਝ ਹੁੰਦਾ। ਪਰਹੇਜ਼ ਇੱਕ ਆਪਾਂ ਦੇਖੋ, ਉਹਨਾਂ ਬਚਤ ਵੀ ਹੁੰਦੀ ਹੈ ਔਰ ਆਪਣਾ ਸਰੀਰ ਵੀ ਤੰਦਰੁਸਤ ਰਹਿੰਦਾ।